ਰਾਤ ਨੂੰ ਸੁੱਤਾ ਪਿਆ ਸੀਗਾ ਜੀ, ਸੁੱਤੇ ਪਏ ਦੇ 1:30 ਵਜੇ ਸੱਪ ਲੜ ਗਿਆ ਜੀ। ਅਸੀਂ ਉਹਨੂੰ ਜੀ ਸੰਗਰੂਰ ਤੋਂ ਅੱਗੇ ਬਡਰੁੱਖਾਂ ਜੀ, ਬਡਰੁੱਖਾਂ ਤੋਂ ਅਸੀਂ ਪਟਿਆਲੇ ਨੂੰ ਰਜਿੰਦਰਾ ਜਾ ਰਹੇ ਸੀਗੇ ਅਤੇ ਰਸਤੇ ਵਿੱਚ ਅਚਾਨਕ ਪੂਰੇ ਹੋ ਗਏ ਜੀ। ਜਦ ਅਸੀਂ 4 ਵਜੇ ਤਕਰੀਬਨ ਪਤਾ ਲੱਗਿਆ ਵੀ ਸੁਖਦੇਵ ਸਿੰਘ ਜੀ ਸਾਬਕਾ ਮੈਂਬਰ ਸੀ ਜਿਹੜੇ, ਉਹਨਾਂ ਦੇ ਸਪੁੱਤਰ ਦੇ ਰਾਤੀ ਸੱਪ ਲੜ ਗਿਆ 1:30 ਵਜੇ ਅਤੇ ਉਹਦੇ ਨਾਲ ਮੌਤ ਹੋ ਗਈ ਉਹਦੀ। ਉਹ ਤਾਂ ਗਏ ਹੋਏ ਸੀ ਤਕਰੀਬਨ ਰਜਿੰਦਰਾ ਨੂੰ ਜਾ ਰਹੇ ਸੀ, ਰਸਤੇ ਵਿੱਚ ਜਾਂਦਿਆਂ ਦੇ ਜਦ ਬੱਚੇ ਦੀ ਹਾਲਤ ਖਰਾਬ ਹੋ ਗਈ, ਅਚਾਨਕ ਡੈਥ ਹੋ ਗਈ ਅਤੇ ਉੱਥੋਂ ਵਾਪਸ ਆ ਕੇ ਸਰਪੰਚ ਦਾ ਫੋਨ ਆਇਆ, ਉਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਬੱਚੇ ਦੇ ਸੱਪ ਲੜ ਗਿਆ ਸੀ, ਉਹਦੀ ਮੌਤ ਹੋ ਗਈ। ਤੁਸੀਂ ਸਾਰੇ ਉੱਥੇ ਇਕੱਠੇ ਹੋ, ਅਸੀਂ 3 ਭੈਣ ਭਰਾ ਸੀ ਜੀ, ਇਹ 2 ਭੈਣਾਂ ਹੈਗੇ ਬੱਚੇ ਦੇ, ਡੈਡੀ ਵਿਚਾਰਾ ਲੇਬਰ ਦਾ ਕੰਮ ਕਰਦਾ ਜੀ ਅਤੇ ਘਰ ਦੀ ਹਾਲਤ ਵੀ ਖਸਤਾ ਹੀ ਆ, ਤੁਹਾਡੇ ਸਾਹਮਣੇ ਹੀ ਆ। ਇੱਕੋ ਬੱਚੇ ਦੇ ਉੱਤੇ, ਬੱਚੇ ਦੀ ਉਮਰ ਤਕਰੀਬਨ 18-19 ਸਾਲ ਦੀ ਉਮਰ ਸੀ ਜੀ, ਇਸੇ 'ਤੇ ਉਮੀਦਾਂ ਸੀ ਸਾਰੀਆਂ, ਬੱਚੇ 'ਤੇ ਫੌਜ ਦੀ ਭਰਤੀ ਦੇਖਦਾ ਸੀ, ਅਸੀਂ ਵੀ ਅਕਸਰ ਵੇਖਦੇ ਗਰਾਊਂਡ ਦੇ ਵਿੱਚ ਖੇਡਦਾ ਰਹਿੰਦਾ, ਤਿਆਰੀ ਕਰਦਾ ਭਰਤੀ ਦੀ ਜਿੱਦਾਂ ਆਮ ਮੁੰਡੇ ਕਰਦੇ ਆ ਸਾਰੇ। ਪਰ ਬੜਾ ਦੁੱਖ ਹੋਇਆ ਕਿਉਂਕਿ ਘਰ ਦਾ ਇੱਕ ਚਿਰਾਗ ਬੁੱਝ ਗਿਆ ਜੀ, ਇੱਕ ਸੱਪ ਦੇ ਡੱਸਣ ਨਾਲ ਸੁੱਤੇ ਪੈਦੇ ਸੱਪ ਲੜ ਗਿਆ। ਬੜੀ ਦੁਖਦਾਈ ਘਟਨਾ ਹੋਈ ਆ, ਸਾਡੇ ਨਗਰ ਦੇ ਵਿੱਚ ਹਨੇਰ ਪੈ ਚੁੱਕਿਆ ਜੀ ਪੂਰਾ। ਬਹੁਤ ਗਰੀਬ ਪਰਿਵਾਰ ਸੀ, ਮੁੰਡਾ ਬਹੁਤ ਵਧੀਆ ਸੀ, ਡੇਲੀ ਰੇਸ ਲਾਉਂਦਾ ਸੀ, ਇਹ ਭਰਤੀ ਵੀ ਦੇਖਣਾ ਚਾਹੁੰਦਾ ਸੀ। ਇਹ ਰਾਤ ਕਿਤੇ ਸੁੱਤਾ ਪਿਆ ਸੀ, ਸੁੱਤੇ ਪਏ ਨੂੰ ਸੱਪ ਨੇ ਡੱਸਿਆ, ਸੱਪ ਵੀ ਸਵੇਰੇ ਮਾਰਿਆ, ਬਹੁਤ ਖਤਰਨਾਕ ਸੱਪ ਸੀ। ਅਸੀਂ ਇਹ ਕਹਿੰਦੇ ਵੀ ਇਹ ਗਰੀਬ ਪਰਿਵਾਰ ਆ, ਕੋਈ ਨਾ ਕੋਈ ਇਹਨੂੰ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਵੇ।